Yeah.
ਇੱਕ ਜਲ ਗਈ ਲੱਗਦਾ ਉਹ ਕਰ ਲਈ ਵਿੱਕੀ ਬੈਗ ਨਹੀਂ 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 ਬੰਦ ਨਹੀਂ ਧੁੱਕ ਸਕਦਾ ਇਹਨਾਂ 'ਤੇ ਕਿੱਥੇ ਕੰਮ ਕਰਦੇ ਜੀ ਖੇੜਾ ਕਲਮੋਰ ਤੁਸੀਂ ਅੱਜ ਖੜ੍ਹੇ ਸਰ ਇੱਥੇ ਕਿਆ ਚੱਕਰ ਹੋ ਗਿਆ ਜੀ ਖੱਡ ਆ ਗਏ ਜੀ ਬਹੁਤ ਜ਼ਿਆਦਾ ਖੱਡ ਬਹੁਤ ਆ ਗਈ ਜੀ ਹਾਂਜੀ ਇਹ ਬਰਸਾਤੀ ਦਿਨਾਂ 'ਚ ਆਉਂਦੀ ਜਾਂ ਵੈਸੇ ਵੀ ਆਉਂਦਾ ਜੀ ਪਾਣੀ ਨਹੀਂ ਬਰਸਾਤੀ ਦਿਨਾਂ 'ਚ ਹੀ ਆਉਂਦੀ ਜੀ ਕਿੰਨੀ ਦੇਰ ਹੋ ਗਈ ਖੜ੍ਹਿਆ ਨੂੰ ਤੁਹਾਨੂੰ ਜੀ ਅੱਧਾ ਘੰਟਾ ਹੋ ਗਿਆ ਜੀ ਕੋਈ ਸਮਾਂ ਇਹਦਾ ਪਾਣੀ ਉਤਰਨ ਦਾ ਜੀ ਕੁਛ ਨਹੀਂ ਪਤਾ ਜੀ ਅੱਧਾ ਘੰਟਾ ਹੋਰ ਲੱਗ ਸਕਦਾ ਲੱਗ ਸਕਦਾ ਜੀ ਹਾਂਜੀ ਕੌਣ ਕੌਣ ਪ੍ਰਭਾਵਿਤ ਹੁੰਦਾ ਜੀ ਇਸ ਇਲਾਕੇ ਜਿਹਨਾਂ ਨਾਲ ਜੀ ਸਭ ਤੋਂ ਜ਼ਿਆਦਾ ਜੀ ਦੇਖੋ ਸਕੂਲੀ ਬੱਚੇ ਹੈ ਜਾਂ ਰੋਜ਼ ਡਿਊਟੀ 'ਤੇ ਆਉਣ ਜਾਣ ਵਾਲੇ ਇਸ ਟਾਈਮ ਜਿਸ ਤਰ੍ਹਾਂ ਦੋਨਾਂ ਪਾਸੇ ਲੋਕ ਖੜ੍ਹੇ ਆ ਡਿਊਟੀਆਂ ਵਾਲੇ ਆ ਹਾਂਜੀ ਅਤੇ ਪਾਣੀ ਮਾਰ ਵੀ ਕਰਦਾ ਜੀ ਆਸੇ ਪਾਸੇ ਹਾਂਜੀ ਪਿੱਛੇ ਨੀਚੇ ਪਿੰਡ ਹੈ ਜੀ ਮੈਨਪੁਰ ਉੱਥੇ ਖੇਤਾਂ ਦੇ ਵਿੱਚ ਰੇਤਾ ਪੱਥਰ ਵਗੈਰਾ ਚਲੇ ਜਾਂਦੇ ਜੀ ਠੀਕ ਹੈ ਜੀ ਤੁਹਾਡਾ ਹਾਂਜੀ ਨਾਮ ਪਾਣੀ ਦੀ ਸਮੱਸਿਆ ਜੀ ਪਾਣੀ ਬਹੁਤ ਆਉਂਦਾ ਜੀ ਆਉਣ ਜਾਣ ਵਾਸਤੇ ਕਿਹੜਾ ਪਿੰਡ ਹੈ ਜੀ ਕਿਹੜੀ ਜਗ੍ਹਾ ਪੈਂਦੀ ਹੈ ਜੀ ਇਹ ਪਿੰਡ 15 ਦੇ ਨੇ ਅੱਛਾ ਜੀ ਜਿਹੜਾ ਇੰਨਾ ਪਾਣੀ ਆਇਆ ਬਰਸਾਤ ਦਾ ਪਾਣੀ ਆਉਂਦਾ ਸਾਰਾ ਇਹਦੇ ਵਿੱਚ ਬਰਸਾਤ ਦਾ ਹਰ ਸਾਲ ਪਾਣੀ ਆਉਂਦਾ ਜੀ ਆਉਣ ਵਾਲੇ ਲੋਕਾਂ ਨੂੰ ਸਾਰੀ ਦਿੱਕਤ ਹੈ ਰਸਤੇ ਦੀ ਬੜੀ ਪ੍ਰੋਬਲਮ ਹੈ ਐਜ ਵੀ ਇੰਨਾ ਕੁ ਪਾਣੀ ਆਇਆ ਕਿ ਸਾਰਾ ਹੀ ਲੈਂਪ ਦਾ ਜਿਹੜਾ ਉਹ ਵੀ ਟੁੱਟਣ ਲਈ ਰਸਤੇ ਪਹੁੰਚ ਗਿਆ ਪਰੇਸ਼ਾਨੀ ਬਹੁਤ ਹੈ ਘਰਾਂ 'ਚ ਵੀ ਮਾਰ ਕਰਦਾ ਪਾਣੀ ਜਿਹੜੇ ਖੇਤਾਂ ਘਰਾਂ 'ਚ ਐਜ ਕੀ ਬੜਿਆ ਪਰ ਵੀ ਬੜੇ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਅਤੇ ਜਿਹੜੇ ਲੋਕ ਇਸ ਪਾਣੀ ਦੇ ਵਿੱਚ ਤੇਜ਼ ਲੰਘਦੇ ਦੇਖਿਆ ਸੀ ਉਹ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਜੀ ਕੋਈ ਮਜਬੂਰੀ ਹੈ ਜੀ ਕੋਈ ਕਿਸੇ ਦੀ ਵੈਸੇ ਤਾਂ ਲੰਘਣਾ ਨਹੀਂ ਚਾਹੀਦਾ ਕਿ ਉਹ ਹਾਦਸੇ ਹੋ ਰਹੇ ਬਹੁਤ ਪਰ ਮਜਬੂਰੀ ਹੈ ਕਿਸੇ ਨੂੰ ਕੋਈ ਬਿਮਾਰ ਦੀ ਹੈ ਉਹ ਸਮੱਸਿਆ ਹੋਰ ਹੈਗੀ ਆਉਣ ਜਾਣ ਦੀ ਹੈ ਹੋਰ ਕੋਈ ਰਸਤਾ ਨਹੀਂ ਹੈ ਹੋਰ ਕੋਈ ਰਸਤਾ ਨਹੀਂ ਇਹੀ ਰਸਤਾ ਇਹੀ ਰਸਤਾ ਜਾਣਾ ਪੈਣਾ ਜਿੰਨੇ ਲੋਕ ਆਰ ਪਾਰ ਖੜ੍ਹੇ ਜੀ ਹੁਣ ਮਤਲਬ ਪਾਣੀ ਉਤਰਨ 'ਤੇ ਜਾਣਗੇ ਜੀ ਪਾਣੀ ਉਤਰਨ 'ਤੇ ਜਾਣ ਦੇ ਵੀ ਜਾਣ ਦਾ ਖਤਰਾ ਕਿੰਨਾ ਕੁ ਸਮਾਂ ਲੱਗਦਾ ਪਾਣੀ ਉਤਰਨ ਨੂੰ ਕੋਈ ਸਮਾਂ ਹੈ ਜੀ ਵੀ ਘੰਟਾ ਦੋ ਤਿੰਨ ਚਾਰ ਘੰਟੇ ਲੱਗ ਜਾਂਦੇ ਤਿੰਨ ਚਾਰ ਘੰਟੇ ਨੋਰਮਲ ਲੱਗਦੇ